ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਪਟਵਾਰੀ ਦਾ ਐਗਜ਼ਾਮ ਜੋ ਕਿ ਕੱਲ ਹੋ ਕੇ ਹਟਿਆ ਉਸਦੇ ਪੰਜਾਬੀ 파ਟ ਦੇ ਆਨਸਰ ਕੀ ਬਾਰੇ ਪੰਜਾਬੀ ਦੇ ਜੋ ਟੋਟਲ 50 ਸਵਾਲ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਗਏ ਸੀ ਉਹਦੇ ਆਪਾਂ ਆਨਸਰ ਕੀ ਦੀ ਡਿਸਕਸ਼ਨ ਤੁਹਾਡੇ ਨਾਲ ਕਰਾਂਗੇ ਕਿਉਂਕਿ ਪੰਜਾਬੀ ਦਾ ਇਹ ਪੇਪਰ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ 파ਟ ਹੈ ਇਸ 50 ਨੰਬਰਾਂ ਦੇ ਵਿੱਚੋਂ ਤੁਹਾਡੇ ਲਈ 25 ਨੰਬਰ ਲੈਣੇ ਜਿਹੜੇ ਲਾਜ਼ਮੀ ਨੇ ਜੇਕਰ ਤੁਹਾਡੇ 25 ਤੋਂ ਇੱਕ ਨੰਬਰ ਵੀ ਘਟਦਾ ਤਾਂ ਤੁਸੀਂ ਬੇਸ਼ੱਕ ਨੈਕਸਟ ਪਾਰਟ ਦੇ ਵਿੱਚੋਂ ਮੈਟਰ ਦੇ ਵਿੱਚ ਆ ਜਿਓ ਤਾਂ ਵੀ ਤੁਹਾਡਾ ਜਿਹੜਾ ਤੁਸੀਂ ਪੰਜਾਬ ਪਟਵਾਰੀ ਦੇ ਲਈ ਜਿਹੜਾ ਡਿਸਕਵਾਲਿਫਾਈ ਹੋ ਸਕਦੇ ਹੋ ਇਸ ਕਰਕੇ ਇਹ ਇਹਦੇ 50 ਨੰਬਰਾਂ ਦੇ ਵਿੱਚੋਂ 25 ਨੰਬਰ ਲੈਣੇ ਤੁਹਾਡੇ ਲਈ ਲਾਜ਼ਮੀ ਨੇ ਆਪਾਂ ਇਸ ਬਾਰੇ ਅਨਸਰ ਕੀ ਬਾਰੇ ਡਿਸਕਸ਼ਨ ਇਸ ਵੀਡੀਓ ਚ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਮਾਸਟਰ ਕੈਡਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਤੱਕ ਪੰਜਾਬ ਜੌਬ ਦੀ ਹਰ ਇੱਕ ਅਪਡੇਟ ਕੋਈ ਵੀ ਪੰਜਾਬ ਸਰਕਾਰ ਵੱਲੋਂ ਨਵੀਂ ਜੌਬਸ ਆਉਂਦੀਆਂ ਨੇ ਨਵੀਂ ਕੋਈ ਰਿਕਰੂਟਮੈਂਟ ਦੀ ਆਉਂਦੀ ਹੈ ਤਾਂ ਹਰ ਇੱਕ ਅਪਡੇਟ ਆਪਾਂ ਆਪਣੇ ਚੈਨਲ ਤੇ ਦਿੰਦੇ ਰਹਿੰਦੇ ਰਹੇ ਆ ਤੁਸੀਂ ਸਾਡਾ ਇੱਕ ਚੈਨਲ ਟੈਲੀਗ੍ਰam ਗਰੁੱਪ ਦਾ ਉਹ ਕਮੈਂਟ ਬਾਕਸ ਦੇ ਵਿੱਚ ਅਸੀਂ ਪਿੰਨ ਕਰ ਦਾਂਗੇ ਉਸ ਲਿੰਕ ਨੂੰ ਵੀ ਜੁਆਇਨ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਸ਼ੁਰੂਆਤ ਕਰਦੇ ਹਾਂ ਪਾਰਟ A ਦੀ ਪਹਿਲਾ ਸਵਾਲ ਹੈ ਨਵੇਂ ਭਾਸ਼ਾ ਵਿਗਿਆਨ ਅਨੁਸਾਰ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਕਿਸ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਅਨਸਰ ਜਿਸ ਦਾ ਹੈਗਾ A ਸ਼ਬਦ ਸਵਾਲ ਨੰਬਰ 2 ਆਪਣੀ ਸਰਕਾਰ ਨੂੰ ਸਰਕਾਰੀ ਖਾਲਸਾ ਤੇ ਦਰਬਾਰ ਨੂੰ ਦਰਬਾਰੇ ਖਾਲਸਾ ਨਾਂ ਕਿਸ ਨੇ ਦਿੱਤਾ ਮਹਾਰਾਜਾ ਰਣਜੀਤ ਸਿੰਘ ਪਹਿਲਾ ਐਂਗਲੋ ਸਿੱਖ ਜੁੱਧਾ ਕਿਸ ਕਿਸ ਦੇ ਦਰਮਿਆਨ ਹੋਇਆ ਤਾਂ ਸਿੱਖ ਰਾਜ ਅਤੇ ਅੰਗਰੇਜ਼ਾਂ ਵਿਚਕਾਰ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਕਿਹੜੀ ਹੈ 4 ਨੰਬਰ ਸਵਾਲ ਤਾਂ ਸੀ ਆਨਸਰ ਬਾਲ ਥਾਲ ਇਜ਼ ਰਾਈਟ ਲੜਕੇ ਦੇ ਵਿਆਹ ਸਮੇ ਲੜਕੇ ਵਾਲਿਆਂ ਦੇ ਘਰ ਕਿਹੜੇ ਗੀਤ ਗਾਈ ਜਾਂਦੇ ਹਨ ਤਾਂ ਬੀ ਆਨਸਰ ਕੋੜੀਆਂ ਇਜ਼ ਰਾਈਟ 6 ਨੰਬਰ ਸਵਾਲ ਵਿਆਹ ਵੇਲੇਤੀ ਅਤੇ ਤਰ ਵੱਲੋਂ ਪੁੱਤ ਵਾਲੀ ਤਰ ਨੂੰ ਸਿੱਧੇ ਸਬੰਧਕ ਕਾਟਵੇਂ ਵਿਆੰਗ ਅਤੇ ਮਸ਼ਕਰੇ ਪਰੇ ਗੀਤਾਂ ਦਾ 6 ਨੰਬਰ ਸਵਾਲ ਦਾ ਸੀ ਆਨਸਰ ਮਾਇਆ ਰਾਈਟ ਆਨਸਰ ਹੈ ਤੇ ਹੇਠ ਲਿਖੇ ਕਿਹੜਾਂ ਵਿੱਚੋਂ ਕਿਹੜੀ ਪੰਜਾਬ ਦੀ ਪ੍ਰਤਨ ਲੋਕ ਕਿੜਾ ਹੋ ਲੋ ਕਿਹੜਾ ਹੈ 70 ਨੰਬਰ ਸਵਾਲ ਦਾ ਡੀ ਆਨਸਰ ਕਬੱਡੀ ਰਾਈਟ ਗੁਰੂ ਲਾਧੋਰੇ ਤਾਂ ਇਹ ਡੀ ਆਨਸਰ ਗੁਰਤੇਗ ਬਹਾਦਰ ਜੀ ਬਾਰੇ ਸੀਗਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਾਗਾਂ ਦੀ ਜਿਹੜੀ ਬਾਣੀ ਰਚੀ ਤਾਂ ਉਹਨਾਂ ਨੇ 30 ਰਾਗਾਂ ਦੇ ਵਿੱਚ ਏ ਆਨਸਰ ਇਜ਼ ਰਾਈਟ ਸਭ ਤੋਂ ਜ਼ਿਆਦਾ ਰਾਗ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਦੇ ਵਿੱਚ ਬਾਣੀ ਰਚੀ ਬਾਬਰ ਬਾਣੀ ਸਭ ਤੋਂ ਸੌਖਾ ਸਵਾਲ ਹੈ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਵੱਲੋਂ ਬਾਬਰ ਬਾਣੀ ਜਿਹੜੀ ਰਚੀ ਗਈ 11 ਨੰਬਰ ਸਵਾਲ ਗੁਰ ਗੁਰੰਗਦੇਵ ਜੀ ਸਿੱਖਾਂ ਦੇ ਕਿੰਵੇਂ ਗੁਰੂ ਸੀਗੇ ਤਾਂ ਗੁਰੰਗਰਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਸੀ ਗੁਰੂ ਨਾਨਕ ਦੇਵ ਜੀ ਗੁਰੰਗਰਦੇਵ ਜੀ ਗੁਰੂ ਅਮਰਦਾਸ ਜੀ ਜਿੱਦਾਂ ਕਿ ਅਰਦਾਸ ਦੇ ਵਿੱਚ ਵੀ ਹੁੰਦਾ ਹੈ ਤਾਂ ਤੁਸੀਂ 12 ਨੰਬਰ ਸਵਾਲ 12 ਨੰਬਰ ਸਵਾਲ ਦਾ ਸ੍ਰੀ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਕਿਸ ਗੁਰੂ ਸਾਹਿਬਾਨ ਦੇ ਪੁੱਤਰ ਸਨ ਤਾਂ ਗੁਰੂ ਅਮਰਦਾਸ ਜੀ ਦੇ ਪੁੱਤਰ 12 ਨੰਬਰ ਸਵਾਲ ਦਾ ਡੀ ਆਨਸਰ ਗੁਰੂ ਅਰ ਰਾਮਦਾਸ ਜੀ ਦੇ ਪੁੱਤਰ ਸਨ ਤਾਂ ਡੀ ਆਨਸਰ ਇਜ਼ ਰਾਈਟ 13 ਨੰਬਰ ਸਵਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਸ ਸਥਾਨ ਤੇ ਸ਼ਹੀਦ ਹੋਏ ਤਾਂ ਉਹ ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹੀਦ ਹੋਏ ਸੀ ਸੀ ਆਨਸਰ ਇਜ਼ ਰਾਈਟ 14 ਨੰਬਰ ਸਵਾਲ ਜਫਰਨਾਮਾ ਕਿਸ ਦੀ ਰਚਨਾ ਹੈ ਗੁਰਗੋਬਿੰਦ ਸਿੰਘ ਜੀ ਦੀ ਰਚਨਾ ਬੀ ਆਨਸਰ 15 ਨੰਬਰ ਸ੍ਰੀ ਗੋ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਪਾਸੋਂ ਗੁਰਗਰਾਸ ਸਾਹਿਬ ਜੀ ਦੀ ਨਵਾ ਉਤਾਰਾ ਕਿਸ ਸਥਾਨ ਤੇ ਕਰਵਾਇਆ ਡਬਲ ਆਨਸਰ ਸਬੂ ਕੀ ਤਲਵੰਡੀ ਤਲਵੰਡੀ ਸਬੂ ਕਲ ਤਖਤ ਜੋ ਤਖਤ ਸ੍ਰੀ ਹੈਗਾ ਤਾਂ 16 ਨੰਬਰ ਸਵਾਲ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਬਦ ਵੱਡੀ ਤਕੜੀ ਦਾ ਸਮਾਨਾਰਥਕ ਸ਼ਬਦ ਹੈ ਸੀ ਆਨਸਰ ਕੰਡਾ ਇਜ਼ ਰਾਈਟ ਆਨਸਰ 17 ਨੰਬਰ ਸਵਾਲ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਵਿਰੋਧੀ ਸ਼ਬਦ ਸ਼ਬਦ ਜੋੜਾ ਚੁਣੋ ਤਾਂ 17 ਨੰਬਰ ਸਵਾਲ ਦਾ ਡੀ ਬਸਣਾ ਉਜੜਨਾ ਰਾਈਟ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪ੍ਰਤੱਖ ਪ੍ਰਗਟਾ ਪ੍ਰਗਟ ਦਾ ਸਮਾਨਾਰਥਕ ਹੈ ਤਾਂ ਬੀ ਆਨਸਰ ਜ਼ਾਹਰ ਇਜ਼ ਰਾਈਟ ਹੇਠ ਲਿਖੇ ਵਿਕਲਪਾਂ ਵਿੱਚੋਂ ਮੁਹਾਵਰਾ ਹੱਦ ਹੱਦ ਮੁਕਾ ਦੇਣਾ ਲਈ ਟੁਕਮਾ ਅਰਥ ਚੁਣੋ ਤਾਂ ਕਮਾਲ ਕਰ ਦੇਣਾ 19 ਨੰਬਰ ਸਵਾਲ ਦਾ ਏ ਆਨਸਰ ਇਜ਼ ਰਾਈਟ ਨਖਰਾ ਕਰਨਾ ਜਾਂ ਕਿਰਨਾ ਕਰਨਾ ਆਰਥਾ ਨੂੰ ਸਪਸ਼ਟ ਕਰਨ ਲਈ ਖੇਲ ਦੇ ਵਿੱਚੋਂ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ 20 ਨੰਬਰ ਸਵਾਲ ਦਾ ਬੀ ਆਨਸਰ ਨਸਾ ਨੱਕ ਜੜਨਾ ਰਾਈਟ ਆਨਸਰ ਹੈ ਏ ਲਿਖੇ ਵਿਕਲਪਾਂ ਵਿੱਚੋਂ ਮੁਹਾਵਰਾ ਥੱਪਾ ਮਾਰ ਕੇ ਬੈਠਣਾ ਤਾਂ ਹਿਲਣ ਹਿਲਣ ਦਾ ਨਾਂ ਨਾ ਲੈਣਾ ਬੀ ਆਨਸਰ ਇਜ਼ ਰਾਈਟ ਅਖਾਣ ਦੋਹੀ ਡੁੰਮੀ ਟੰਡ ਨਹੀਂ ਵੱਜਦੀ 22 ਨੰਬਰ ਸਵਾਲ 22 ਨੰਬਰ ਸਵਾਲ ਦਾ ਸੀ ਆਨਸਰ ਉਦੋਂ ਜਦੋਂ ਇੱਕ ਸੈਨੇ ਆਦਮੀ ਨੇ ਕਰਨ ਵੇਲੇ ਦੋ ਉਨਾੜੀ ਬੰਦੇ ਲਾ ਦਿੱਤੇ ਜਾਣ ਕੰਮ ਚੌੜਾ ਹੋ ਜਾਏ 23 ਨੰਬਰ ਸਵਾਲ ਜਦੋਂ ਕੋਈ ਬੰਦਾ ਆਪਣੇ ਕਾਰੋਬਾਰ ਦੇ ਤੰਦੇ ਵਿਜੇਨਾ ਰੁੱਝ ਹੋਵੇ ਕਿ ਕਿਤੇ ਮੌਜ ਮੇਲੇ ਜਾ ਯਾਰਾਂ ਦੋਸਤਾਂ ਨਾਲ ਗੁਜ਼ਾਰਨ ਗੁਜ਼ਾਰਨ ਲਈ ਨਾ ਜਾ ਸਕੇ ਤਾਂ ਉਸ ਲਈ ਕਿਹੜਾ ਖਣ ਵਰਤਿਆ ਜਾਂਦਾ ਹੈ 32 ਦਿਨ ਦੇ ਤੇ 33 ਮੇਲੇ ਤੱਤਾ ਜਾਵੇ ਕਿਹੜੇ ਮੇਲੇ 23 ਨੰਬਰ ਸਵਾਲ ਦਾ ਏ ਆਨਸਰ ਇਜ਼ ਰਾਈਟ 24 ਨੰਬਰ ਸਵਾਲ ਜਿਸ ਮੌਕੇ ਖਾਣ ਗੋੜਾ ਖਾਣਾ ਤੇ ਗੁਲਗੁਲਾ ਤੋਂ ਪਰਹੇਜ਼ ਵਰਤਿਆ ਜਾਂਦਾ ਹੈ ਤਾਂ 24 ਨੰਬਰ ਸਵਾਲ ਦਾ ਡੀ ਆਨਸਰ ਇਹਨਾਂ ਵਿੱਚੋਂ ਕੋਈ ਨਹੀਂ ਇਸ ਰਾਈਟ ਆਨਸਰ ਆ 25 ਨੰਬਰ ਸਵਾਲ ਹੇਠ ਲਿਖੇ ਵਿੱਚੋਂ ਗੇਤਰ ਲੱਗਣ ਨਾਲ ਜ਼ਿਆਦਾਤਰ ਸ਼ਬਦਾਂ ਦੇ ਅਰਥ ਉਲਟੇ ਹੋ ਜਾਂਦੇ ਹਨ ਤਾਂ 25 ਨੰਬਰ ਸਵਾਲ ਦਾ ਏ ਆਨਸਰ ਬੀ ਰਾਈਟ ਹੈ 26 ਨੰਬਰ ਸਵਾਲ ਆਵਲੀ ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਤਾਂ ਬੀ ਆਨਸਰ ਸ਼ਬਦਾਵਲੀ ਰਾਈਟ ਆਨਸਰ ਹੈ ਸਭ ਅਗੇਤਰ ਲੱਗ ਕੇ ਬਣਨ ਵਾਲਾ ਸ਼ਬਦ ਡੀ ਸਬਕਮੇਟੀ ਲਾ ਅਗੇਤਰ ਲੱਗ ਕੇ ਬਣਨ ਵਾਲਾ ਸ਼ਬਦ ਲਾ ਇਲਾਜ ਜੀ ਅਨਸਰ ਵਿਆਕਰਨ ਅਨੁਸਾਰ ਸ਼ਬਦ ਕਿੰਨੀ ਕਿਸਮ ਦੇ ਹੁੰਦੇ ਹਨ ਤਾਂ ਬੀ ਅਨਸਰ 8 ਰਾਈਟ ਗੁਰਮੁਖੀ ਵਾਲਾ ਵਿੱਚ ਸ਼ਾ ਚੰਨ ਅੱਖਰ ਕਿਹੜੀ ਭਾਸ਼ਾ ਕਿਹੜੀ ਪਛਾਣਾਂ ਵਾਲੀ ਵਰਤੇ ਗਏ ਹਨ ਤਾਂ 30 ਨੰਬਰ ਸਵਾਲ ਦਾ ਬੀ ਅਨਸਰ ਫਾਰਸੀ ਰਾਈਟ ਗੁਰਮੁਖੀ ਵਰਣ ਵਾਲਾ ਦੀ ਨਵੀਂ ਟੋਲੀ ਵਰਗ ਦਾ ਕਿਹੜਾ ਅੱਖਰ ਸਭ ਤੋਂ ਅੰਤ ਵਿੱਚ ਵਰਣ ਵਾਲਾ ਵਿੱਚ ਸ਼ਾਮਲ ਕੀਤਾ ਗਿਆ 31 ਨੰਬਰ ਸਵਾਲ ਦਾ ਏ ਅਨਸਰ ਲਾ ਰਾਈਟ 32 ਨੰਬਰ ਸਵਾਲ ਮਾਲਕ ਨੇ ਨੌਕਰਾਨੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਵਾਗ ਦੇ ਲਿੰਗ ਨੂੰ ਬਦਲ ਕੇ ਲਿਖੋ 32 ਨੰਬਰ ਸਵਾਲ ਦਾ ਸੀ ਮਾਲਕ ਨੇ ਨੌਕਰ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਅਨਸਰ ਰਾਈਟ ਮਾਮਾ ਜੀ ਦੇ ਪੂਆ ਜੀ ਕੱਲ ਆਉਣਗੇ 33 ਨੰਬਰ ਸਵਾਲ ਦਾ ਬੀ ਅਨਸਰ ਮਾਮਾ ਜੀ ਦੇ ਫੁੱਫੜ ਜੀ ਕੱਲ ਆਉਣਗੇ ਰਾਈਟ ਅਨਸਰ ਸ਼ਹਿਨशाह ਸ਼ਬਦ ਦਾ ਬਹੁਵਚਨ ਹੈ ਸ਼ਹਿਨशाह ए ਅਨਸਰ ਰਾਈਟ ਪੰਜਾਬੀ ਸ਼ਬਦ ਪੰਜਾਬੀ ਭਾਸ਼ਾ ਦੇ ਕੋਈ ਸ਼ਬਦ ਜਿਵੇਂ ਕਿ ਜਿਵੇਂ ਵਿੱਚ ਉੱਤੇ ਆਦੀ ਲਿਖਣ ਦਾ ਰੂਪ ਦਿੰਦੇ ਹਨ ਇਸ ਤੋਂ ਪਹਿਲਾਂ ਜਦੋਂ ਅੱਖਰ ਜਦੋਂ ਛੱਡ ਕੇ ਲਿਖਿਆ ਜਾਂਦਾ ਉਸ ਅੱਖਰ ਦੀ ਥਾਂ ਤੇ ਕਿਹੜਾ ਵਿਰਾਮ ਪਾਇਆ ਜਾਂਦਾ ਹੈ 35 ਨੰਬਰ ਸਵਾਲ ਦਾ ਇਹ ਮੋਚ ਮਰੋੜੀ ਰਾਈਟ ਆਨਸਰ ਖਬਰਦਾਰ ਅੱਗੇ ਪਹਾੜਾਂ ਤੋਂ ਪੱਥਰ ਡਿੱਗਦੇ ਹਨ ਵਾਕ ਵਿੱਚ ਖਬਰਦਾਰ ਸ਼ਬਦ ਕਿਸਮ ਕਿਹੜੀ ਕਿਸਮ ਦਾ ਹੈ 36 ਨੰਬਰ ਸਵਾਲ ਦਾ ਸੀ ਆਨਸਰ ਸੂਚਨਾਵਾਚਕ ਹੱਥੀਆਂ ਦੇ ਰੱਖਣ ਵਾਲੀ ਜਗਾ 37 ਨੰਬਰ ਸਵਾਲ ਦਾ ਡੀ ਆਨਸਰ ਫੀਲ ਖਾਨਾ ਡੀ ਆਨਸਰ ਇਜ਼ ਰਾਈਟਾ ਸ਼ੁੱਧ ਵਾਕ ਚੁਣੋ ਤਾਂ ਕੁੜੀਆਂ ਪੀਂਗਾ ਝੂਟਦੇ ਹਨ 38 ਨੰਬਰ ਸਵਾਲ ਦਾ ਸੀ ਆਨਸਰ ਸਹੀ ਸ਼ਬਦ ਚੁਣੋ ਉਪਲਬਧ ਡੀ ਆਨਸਰ ਰਾਈਟ ਇਹ ਟਿਕੰਬ ਜੋ ਕਿਹੜਾ ਸਟੇਟ ਆਫੀਸਰ ਹੈ ਤਾ ਡੀ ਆਨਸਰ ਪੂ ਸੁਧਾਰ ਅਫਸਰ 40 ਸੌਰੀ 40 ਨੰਬਰ ਸਵਾਲ ਦਾ ਡੀ ਆਨਸਰ ਇਜ਼ ਰਾਈਟ ਪੂ ਸੁਧਾਰ ਅਫਸਰ 41 ਨੰਬਰ ਸਵਾਲ ਦਾ ਨਜ਼ਰਸਾਨੀ ਜਿਸ ਮੱਖਕਾ ਕਹਿੰਦੀ ਅੰਗਰੇਜ਼ੀ ਦਾ ਕਿਹੜਾ ਸ਼ਬਦ ਤਾਂ ਸੀ ਆਨਸਰ ਰੈਵਨਿਊ ਰਿਵਿਊ ਇਜ਼ ਰਾਈਟ ਆਨਸਰ ਤਾਂ ਲਕਸਿਕੋਗ੍ਰਾਫਿਕ ਵਿੱਚ ਪੰਜਾਬੀ ਦਾ ਕਿਹੜਾ ਸ਼ਬਦ ਵਰਤੇ ਜਾਂਦਾ ਹੈ ਬੀ ਆਨਸਰ ਕੋਸ਼ਿਕਾਰ ਅੰਗਰੇਜ਼ੀ ਦਾ ਸ਼ਬਦ ਡਿਸਟ੍ਰਿਕਟ ਆ ਤਾਂ ਜ਼ਿਲ੍ਹਾ ਏ ਆਨਸਰ ਰਾਈਟ ਹਫਤੇ ਦੇ ਦੰਦਾ ਸ਼ੁੱਕਰਵਾਰ ਦਾ ਸੀ ਆਨਸਰ ਰਾਈਟ ਅ ਅੰਗਰੇਜ਼ੀ ਵਿੱਚ ਨ ਸਤੰਬਰ ਨੂੰ ਬੀ ਆਨਸਰ ਸਤੰਬਰ ਰਾਈਟ ਗੁਰਮੁਖੀ ਵਿੱਚ ਲਿਖੇ ਗਏ ਸਵਾ ਤਿੰਨ ਨੂੰ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਊਗਾ 3 ਐਂਡ 3 ਐਂਡ 1/4 ਏ ਆਨਸਰ ਰਾਈਟ ਅ ਅੰਕ 3 5 ਸਹੀ 3/4 ਨੂੰ ਗੁਰਮੁਖੀ ਦੇ ਵਿੱਚ ਤਾਂ ਪਾਉਣੀ ਸੀ ਡੀ ਆਨਸਰ ਰਾਈਟ ਉਦਾਸੀ ਉਸਾਣੀ ਨੂੰ ਅੰਕਾਂ ਵਿੱਚ ਕਿਵੇਂ ਲਿਖਿਆ ਜਾਊਗਾ ਤਾਂ 17 79 ਨੂੰ ਸੌਰੀ ਉਸਾਣੀ ਲਿਖਿਆ ਗਿਆ ਸੀ ਭੁੱਲ ਗਏ ਤਾਂ 79 ਇਜ਼ ਰਾਈਟ ਆਨਸਰ 79 ਗੁਰਮੁਖੀ ਵਿੱਚ ਵਿੱਚ ਕਿਹੜੇ ਪਰਿਵਾਰ ਵਿੱਚੋਂ ਜਨਮੀ ਹੈ ਤਾਂ ਬ੍ਰਹਮੀ ਸੀ ਆਨਸਰ ਰਾਈਟ ਅਸੀਂ ਆ ਗਏ ਹਾਂ ਦੇ ਵਿੱਚ ਅਸੀਂ ਏ ਆਨਸਰ ਇਜ਼ ਰਾਈਟ ਤਾਂ ਇਹ ਟੋਟਲ ਪੰਜਾਬੀ ਦੀ ਅਨਸਰ ਕੀ ਸੀ ਬਾਕੀ ਅਸੀਂ ਕੰਪਿਊਟਰ ਦੀ ਇਸ ਤੋਂ ਬਾਅਦ ਅਪਲੋਡ ਕਰਨ ਲੱਗੇ ਹਾਂ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਥੈਂਕ ਯੂ ਸੋ ਮੱਚ